ਦਾ ਸਪੋਕਸਮੈਨ, ਇਸ ਵੇਲੇ ਦੀ ਜਿਹੜੀ ਸਭ ਤੋਂ ਵੱਡੀ ਖਬਰ ਅੱਜ ਜਿਹੜੀ ਸਾਹਮਣੇ ਆ ਸਕਦੀ ਹੈ ਕਿ ਕਿਆ ਪੰਜਾਬ ਦੇ ਵਿੱਚ ਲੋਕਡਾਊਨ ਲੱਗ ਸਕਦਾ, ਇੱਕ ਵੱਡਾ ਸਵਾਲ ਹੈ, ਕਿਉਂਕਿ ਅੱਜ ਸ਼ਾਮੀ ਤਕਰੀਬਨ 7 ਵਜੇ ਦੇ ਕਰੀਬ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਸੰਬੋਧਨ ਕਰਨਗੇ। ਅਕਸਰ ਜਦੋਂ ਵੀ ਇਸ ਤਰੀਕੇ ਦਾ ਸੰਬੋਧਨ ਹੁੰਦਾ ਹੈ ਤਾਂ ਕਯਾਸ ਜ਼ਰੂਰ ਲਗਾਏ ਜਾਂਦੇ ਨੇ ਕਿ ਕੁਛ ਵੱਡੀ ਖਬਰ ਹੋ ਸਕਦੀ, ਕੁਛ ਵੱਡੇ ਐਲਾਨ ਹੋ ਸਕਦੇ, ਕਿਉਂਕਿ ਜਿਸ ਜਿਹੜਾ ਇੱਕ ਸਮਾਂ ਇਸ ਵੇਲੇ ਕੋਵਿਡ ਦਾ ਚੱਲ ਰਿਹਾ, ਲਗਾਤਾਰ ਮਹਾਂਮਾਰੀ ਸਾਡੇ ਦੇਸ਼ ਵਿੱਚ ਫੈਲੀ ਹੋਈ ਹੈ ਔਰ ਕਈ ਸਵਾਲ ਸਰਕਾਰ ਦੇ ਉੱਪਰ ਵੀ ਖੜ੍ਹੇ ਕੀਤੇ ਜਾ ਰਹੇ ਨੇ ਔਰ ਲਗਾਤਾਰ ਜਿਹੜੀ ਮੀਟਿੰਗਸ ਵੀ ਹੋ ਰਹੀ ਹੈ ਕੋਵਿਡ ਨੂੰ ਲੈ ਕੇ, ਚਾਹੇ ਗੱਲ ਕੀਤੀ ਜਾਵੇ ਸਿਹਤ ਮੰਤਰੀ ਦੀ ਜਾਂ ਫਿਰ ਗੱਲ ਕੀਤੀ ਜਾਵੇ ਸਿਹਤ ਵਿਭਾਗ ਦੀ ਜਾਂ ਪ੍ਰਸ਼ਾਸਨ ਦੀ। ਅੱਜ ਹਰ ਕੋਈ, ਹਰ ਕਿਸੇ ਨੂੰ ਇਹ ਲੱਗ ਰਿਹਾ ਕਿ ਜੋ ਕਮੀਆਂ ਹੈ, ਜੋ ਪ੍ਰਸ਼ਾਸਨ ਵੱਲੋਂ ਜੋ ਜਿਹੜੀ ਕੀਤੀ ਜਾ ਸਕਦਾ ਹੈ ਉਹ ਕੰਮ ਜ਼ਰੂਰ ਕੀਤਾ ਜਾਵੇ। ਸਹਿ ਅਜਿਹੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ, ਤਕਰੀਬਨ 7 ਵਜੇ ਦੇ ਕਰੀਬ ਪੂਰੇ ਪੰਜਾਬ ਨੂੰ ਸੰਬੋਧਨ ਕਰਨਗੇ। ਉਸ ਵਿੱਚ ਲੋਕ ਇਹ ਆਸ ਜ਼ਰੂਰ ਲਗਾ ਰਹੇ ਨੇ ਕਿ ਸ਼ਾਇਦ ਅੱਜ ਕੈਪਟਨ ਅਮਰਿੰਦਰ ਸੰਪੂਰਨ ਲੋਕਡਾਊਨ ਦੀ ਜਿਹੜੀ ਗੱਲ ਆ ਸਕਦੇ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਹਰ ਰੋਜ਼ ਰਿਕਾਰਡ ਦਰਜ ਕੇਸ ਦਰਜ ਕੀਤੇ ਜਾ ਰਹੇ ਨੇ ਪੰਜਾਬ ਦੇ ਅੰਦਰ, ਜਿਹੜੀ ਸਭ ਤੋਂ ਅਹਿਮ ਗੱਲ ਹੈ ਇਸ ਵਾਰ ਕਿ ਇਸ ਵਾਰ ਜਿਹੜੇ ਮੌਤ ਦਾ ਆਂਕੜਾ ਹੈ, ਜਿਹੜਾ ਮ੍ਰਿਤਯੂ ਦਰ ਹੈ, ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਔਰ ਜਿਸ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਦੇ ਅੰਦਰ ਹਰ ਰੋਜ਼ ਰਿਕਾਰਡ ਦਰਜ ਹੋ ਰਿਹਾ ਹੈ, ਲਗਾਤਾਰ ਮਾਮਲਿਆਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਅਤੇ ਵੱਡੇ ਜਿਹੜੇ ਐਲਾਨ ਅੱਜ ਜ਼ਰੂਰ ਕੀਤੇ ਜਾ ਸਕਦੇ ਨੇ ਔਰ ਤੁਸੀਂ ਜਿਸ ਤਰੀਕੇ ਨਾਲ ਅਸੀਂ ਤੁਹਾਡੇ ਸਾਹਮਣੇ ਹਰ ਉਹ ਇੱਕ ਖਬਰ, ਹਰ ਉਹ ਅਪਡੇਟ ਵੀ ਲੈ ਕੇ ਆਉਂਦੇ ਨੇ ਕਿ ਜਿਹੜੀ ਵੀ, ਚਾਹੇ ਉਹ ਗੱਲ ਕੀਤੀ ਜਾਵੇ ਆਂਕੜਿਆਂ ਦੀ, ਚਾਹੇ ਗੱਲ ਕੀਤੀ ਜਾਵੇ ਫੈਕਟਸ, ਚਾਹੇ ਗੱਲ ਕੀਤੀ ਜਾਵੇ ਸਿਹਤ ਵਿਭਾਗ ਦੀ ਜਾਂ ਪ੍ਰਸ਼ਾਸਨ ਦੀ, ਸੋ ਹਰ ਖਬਰ ਤੁਹਾਡੇ ਸਾਹਮਣੇ ਹੁੰਦੀ ਹੈ ਔਰ ਜਿਸ ਤਰੀਕੇ ਦੇ ਨਾਲ ਕੱਲ੍ਹ ਬੀਤੇ ਦਿਨ ICMR ਵੱਲੋਂ ਵੀ ਇਹ ਗੱਲ ਆਖੀ ਗਈ ਸੀ ਕਿ ਸੰਪੂਰਨ ਲੋਕਡਾਊਨ ਤਕਰੀਬਨ 6 ਤੋਂ 8 ਮਹੀਨੇ ਦੀ ਉਹਨਾਂ ਨੇ ਗੱਲ ਆਖੀ ਹੈ ਕਿ ਲੱਗਣਾ ਜ਼ਰੂਰੀ ਹੈ ਕਿਉਂਕਿ ਆਂਕੜਿਆਂ ਦੇ ਵਿੱਚ ਬਹੁਤ ਇਜ਼ਾਫਾ ਹੁੰਦਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਜਿਨ ਰਾਜਾਂ ਦੇ ਵਿੱਚ 10% ਦੀ ਜਿਹੜੇ ਅਗਰ ਦਰ ਦੀ ਗੱਲ ਅਗਰ ਆਖੀ ਜਾਏ ਤਾਂ ਉਹਨਾਂ ਦੇ ਵਿੱਚ ਇਹ ਜ਼ਰੂਰੀ ਜਿਹੜਾ ਉਹਨਾਂ ਨੇ ਆਖਿਆ ਹੈ। ਸੋ ਇਸ ਤੋਂ ਬਾਅਦ ਜਿਹੜਾ ਕਿਹਾ ਜਾ ਸਕਦਾ, ਜਿਹੜਾ ਅੱਜ ਦਾ ਸੰਬੋਧਨ ਹੈ ਬਹੁਤ ਅਹਿਮ ਹੋ ਸਕਦਾ, ਲੇਕਿਨ ਇਸ ਤੋਂ ਪਹਿਲਾਂ ਆਪਣੇ ਜਿੰਨੇ ਵੀ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜ਼ਰੂਰ ਇੱਕ ਆਂਕੜੇ ਅੰਦਰ ਜਿਹੜਾ ਦੱਸਣਾ ਚਾਹਾਂਗੇ ਕਿ ਅੱਜ ਪੰਜਾਬ ਦੇ ਅੰਦਰ ਅਗਰ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਮ੍ਰਿਤਯੂ ਦੇ ਜਿਹੜੇ ਦਰਜ ਆਂਕੜੇ ਦਰਜ ਕੀਤੇ ਜਾ ਰਹੇ ਹੈ। ਅਗਰ ਪੰਜਾਬ ਦੇ ਮ੍ਰਿਤਯੂ ਦਰ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ਼ ਜਿਸ ਤਰੀਕੇ ਦੇ ਨਾਲ ਮ੍ਰਿਤਯੂ ਦਰ ਜਿਹੜੀ ਦਰਜ ਕੀਤੀ ਜਾ ਰਹੀ ਹਰ ਰੋਜ਼ ਰਿਕਾਰਡ ਬਣ ਰਹੇ ਨੇ, ਅਗਰ ਮਾਮਲਿਆਂ ਦੇ ਵਿੱਚ ਰਿਕਾਰਡ ਅਗਰ ਬਣ ਰਹੇ ਤਾਂ ਉਸ ਤੋਂ ਜ਼ਿਆਦਾ ਜਿਹੜੀ ਇਸ ਵਾਰ ਮ੍ਰਿਤਯੂ ਦਰ ਜਿਹੜਾ ਦਰ ਹੈ ਦਰਜ ਕੀਤਾ ਜਾ ਰਿਹਾ। ਅਗਰ ਮਈ ਮਹੀਨੇ ਦੀ ਗੱਲ ਕੀਤੀ ਜਾਵੇ 9 ਮਈ ਤੋਂ ਤਾਂ 9 ਮਈ ਨੂੰ 191 ਕੇਸਿਸ, 10 ਮਈ ਨੂੰ 198 ਕੇਸਿਸ, 11 ਮਈ ਨੂੰ 217 ਕੇਸਿਸ, 12 ਮਈ ਨੂੰ 197 ਕੇਸਿਸ ਅਤੇ 13 ਮਈ ਨੂੰ 184 ਕੇਸਿਸ, ਯਾਨੀ ਹਰ ਰੋਜ਼ ਜਿਹੜੇ ਆਂਕੜੇ ਹੈ ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਅਤੇ ਅਜਿਹੇ ਵਿੱਚ ਹੁਣ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰੀਕੇ ਦਾ ਸੰਬੋਧਨ ਰਹਿੰਦਾ ਹੈ, ਕਿਉਂਕਿ PPE ਕਿੱਟ ਵਾਲਾ ਇਸ਼ੂ ਵੀ ਜਿਹੜਾ ਬਹੁਤ ਗਰਮਾਇਆ ਹੋਇਆ ਹੈ ਔਰ ਵੈਂਟੀਲੇਟਰ ਦਾ ਜਿਹੜਾ ਇਸ਼ੂ ਹੈ, ਕਿਉਂਕਿ ਆਰੋਪ ਜਿਹੜੇ ਹੈ ਉਹ ਸਰਕਾਰਾਂ ਇੱਕ ਦੂਸਰੇ ਦੇ ਉੱਪਰ ਇਸ ਵੇਲੇ ਗਿਰ ਰਹੀ ਹੈ। ਕੇਂਦਰ ਸਰਕਾਰ ਕਹਿੰਦੀ ਅਸੀਂ ਪੰਜਾਬ ਸਰਕਾਰ ਨੂੰ ਦਿੱਤਾ ਹੈ, ਲੇਕਿਨ ਪੰਜਾਬ ਸਰਕਾਰ ਜਿਹੜੀ ਕੇਂਦਰ ਸਰਕਾਰ ਦੇ ਉੱਪਰ ਕਹਿੰਦੀ, ਯਾਨੀ ਕਿ ਇਸ ਵੇਲੇ ਜਿਹੜੀ ਇਹ ਚੀਜ਼ਾਂ ਵੀ ਸਾਹਮਣੇ ਦੇਖਣ ਨੂੰ ਮਿਲ ਰਿਹਾ, ਵੈਂਟੀਲੇਟਰ ਦਾ ਇਸ਼ੂ ਹੈ, ਆਕਸੀਜਨ ਦਾ ਇਸ਼ੂ ਹੈ, ਲਗਾਤਾਰ ਕੋਵਿਡ ਕੇਅਰ ਸੈਂਟਰਸ ਵੀ ਜਿਹੜੇ ਕਿ ਖੋਲ੍ਹੇ ਜਾ ਰਹੇ ਨੇ ਔਰ ਕਈ ਸੰਸਥਾਵਾਂ ਅਜਿਹੀਆਂ ਹੈ ਜਿਹੜੀ ਸਾਹਮਣੇ ਨਿਕਲ ਕੇ ਵੀ ਆ ਰਹੀਆਂ ਹੈ ਜੋ ਕਿ ਲੋਕਾਂ ਦੀ ਮਦਦ ਦੇ ਲਈ ਕੋਵਿਡ ਕੇਅਰ ਸੈਂਟਰ ਖੋਲ੍ਹ ਰਹੀਆਂ ਨੇ ਔਰ ਲੋਕਾਂ ਦੇ ਲਈ ਖਾਣਾ ਪ੍ਰੋਵਾਈਡ ਵੀ ਕਰਵਾ ਰਹੇ। ਲੇਕਿਨ ਅਗਰ ਪੰਜਾਬ ਦੇ ਇਸ ਵੇਲੇ ਹਾਲਾਤਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਦੇ ਜਿਹੜੇ ਹਾਲਾਤ ਹੈ ਉਹ ਆਪਣੇ ਆਪ ਵਿੱਚ ਬਹੁਤ ਅਲਾਰਮਿੰਗ ਜਿਹੜੀ ਸਟੇਜ ਦੇ ਉੱਪਰ ਹੈ ਲਗਾਤਾਰ, ਕਿਉਂਕਿ ਕੋਵਿਡ ਦੇ ਮਾਮਲਿਆਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਜਿਹੜਾ ਸੰਬੋਧਨ ਕਰੇਂਗੇ ਉਹ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਲੋਕਡਾਊਨ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਜ਼ਰੂਰ ਹੈ ਕਿ ਕਿਆ ਅੱਜ ਲੋਕਡਾਊਨ ਲੱਗ ਸਕਦਾ ਹੈ, ਸੋ ਇਸ ਚੀਜ਼ ਲਈ ਦੇਖਣ ਦੇ ਲਈ ਸਾਡੇ ਨਾਲ ਜ਼ਰੂਰ ਜੁੜੇ ਰਹੋ, ਕਿਉਂਕਿ ਅੱਜ ਸ਼ਾਮ ਜਦੋਂ 7 ਵਜੇ ਕੈਪਟਨ ਅਮਰਿੰਦਰ ਸਿੰਘ ਜਦੋਂ ਲਾਈਵ ਹੋਣਗੇ ਉਸ ਵੇਲੇ ਇਹ ਚੀਜ਼ ਪਤਾ ਲੱਗ ਸਕੇਗੀ ਆਖਿਰ ਕਿਸ ਕਿਸ ਚੀਜ਼ ਦਾ ਸੰਬੋਧਨ ਕੀਤਾ ਜਾਂਦਾ, ਕਿਉਂਕਿ ਵੀਕਐਂਡ ਲੋਕਡਾਊਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਵੀਕਐਂਡ ਸੰਪੂਰਨ ਲੋਕਡਾਊਨ ਵੀ ਲਗਾਇਆ ਗਿਆ ਹੈ ਔਰ ਇਸ ਦੇ ਨਾਲ ਹੀ ਨਾਲ ਹੋਰ ਕਿਸ ਤਰੀਕੇ ਦੇ, ਕਿਉਂਕਿ ਔਡ ਈਵਨ ਨੰਬਰ ਵੀ ਜਿਹੜਾ ਕਿ ਹੁਣ ਪਿਛਲੇ ਬੜੇ ਲੰਬੇ ਸਮੇਂ ਤੋਂ ਵਪਾਰੀਆਂ ਵੱਲੋਂ ਜਿਹੜਾ ਇੱਕ ਵਿਰੋਧ ਜਤਾਇਆ ਜਾ ਰਿਹਾ ਸੀ, ਵਿਰੋਧੀਆਂ ਦਾ ਸਾਫ ਤੌਰ 'ਤੇ ਕਹਿਣਾ ਸੀ ਕਿ ਅਗਰ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਨੇ ਸਰਕਾਰ ਨੂੰ ਇਹ ਜ਼ਰੂਰ ਬਣਦਾ ਹੈ ਕਿ ਹਰ ਇੱਕ ਦੁਕਾਨ ਵੀ ਜਿਹੜੀ ਖੋਲ੍ਹੇ ਜਾਏ, ਕਿਉਂਕਿ ਜਿੰਨੇ ਵੀ ਵਪਾਰੀ ਵਰਗ ਉਹਨਾਂ ਦਾ ਸਾਫ ਤੌਰ 'ਤੇ ਇਹ ਗੱਲ ਕਹਿਣੀ ਸੀ ਕਿ ਹਰ ਚੀਜ਼ ਨੂੰ ਮੇਨਟੇਨ ਕੀਤਾ ਜਾਂਦਾ ਹੈ, ਸੋਸ਼ਲ ਡਿਸਟੈਂਸ ਗਾਈਡਲਾਈਨਸ ਨੂੰ ਵੀ ਉਹ ਫੋਲੋ ਕਰਦੇ ਨੇ, ਸੋ ਅਜਿਹੇ ਵਿੱਚ ਹੁਣ ਵਪਾਰੀ ਵਰਗ ਨੂੰ ਵੀ ਸਰਕਾਰ ਨੇ ਦੇਖਣਾ ਹੁੰਦਾ ਹੈ, ਆਮ ਲੋਕਾਂ ਦੀ ਸਿਹਤ ਵੀ ਦੇਖਣੀ ਹੈ, ਸੋ ਸਾਰੀਆਂ ਚੀਜ਼ਾਂ ਨੂੰ ਹੁਣ ਬੈਲੈਂਸ ਕਰਕੇ ਸਰਕਾਰ ਕਿਸ ਤਰੀਕੇ ਦੇ ਅੱਜ ਫੈਸਲੇ ਲੈਂਦੀ ਹੈ, ਕਿਸ ਤਰੀਕੇ ਦਾ ਸੰਬੋਧਨ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਰਹਿੰਦਾ, ਸੋ ਸਾਰੇ ਹੀ ਜਿਹੜੇ ਸਾਡੇ ਦਰਸ਼ਕ ਹੈ ਸਾਡੇ ਨਾਲ 7 ਵਜੇ ਜ਼ਰੂਰ ਜੁੜਿਓ, ਤੁਹਾਨੂੰ ਹਰ ਅਪਡੇਟ ਅਤੇ ਹਰ ਲਾਈਵ ਜਿਹੜੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਲੇਕਿਨ ਇੱਕ ਬੜਾ ਸਵਾਲ ਹਲੇ ਵੀ ਜ਼ਰੂਰ ਬਣਿਆ ਹੋਇਆ ਕਿ ਕੈਪਟਨ ਅਮਰਿੰਦਰ ਕਿ ਅੱਜ ਸ਼ਾਮ ਨੂੰ ਜਿਹੜਾ ਪੰਜਾਬ ਨੂੰ ਸੰਬੋਧਨ ਕਰਨਗੇ, ਕਿ ਵਾਕਈ ਵਿੱਚ ਉਹ ਪੂਰੇ ਸੰਪੂਰਨ ਲੋਕਡਾਊਨ ਲਗਾਉਂਦੇ ਨੇ ਜਾਂ ਨਹੀਂ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ
ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਇਸ ਵੇਲੇ ਦੀ ਜਿਹੜੀ ਸਭ ਤੋਂ ਵੱਡੀ ਖਬਰ ਅੱਜ ਜਿਹੜੀ ਸਾਹਮਣੇ ਆ ਸਕਦੀ ਹੈ ਕਿ ਕਿਆ ਪੰਜਾਬ ਦੇ ਵਿੱਚ ਲੋਕਡਾਊਨ ਲੱਗ ਸਕਦਾ, ਇੱਕ ਵੱਡਾ ਸਵਾਲ ਹੈ, ਕਿਉਂਕਿ ਅੱਜ ਸ਼ਾਮੀ ਤਕਰੀਬਨ 7 ਵਜੇ ਦੇ ਕਰੀਬ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਸੰਬੋਧਨ ਕਰੇਗੇ। ਅਕਸਰ ਜਦੋਂ ਵੀ ਇਸ ਤਰੀਕੇ ਦਾ ਸੰਬੋਧਨ ਹੁੰਦਾ ਹੈ ਤਾਂ ਕਿਆ ਜ਼ਰੂਰ ਲਗਾਏ ਜਾਂਦੇ ਨੇ ਕਿ ਕੁਛ